ਲਓ ਜੀ ਆ ਜਾਓ ਜਨਾਬ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਜਾਨਵਰਾਂ ਦੇ ਸ਼ੌਕ ਕਰਾਈਏ ਤੇ ਨੰਬਰ ਲੈ ਕੇ ਦਈਏ ਮਾਲਕਾਂ ਦੇ ਹਾਂਜੀ ਬਛੇਰੀ ਬਛੇਰਾ ਬਛੇਰਾ ਕਿੰਨੀ ਕੁ ਉਮਰ ਇਹਦੀ ਉਮਰ ਇਹਦੀ ਹੈ 5 ਮਹੀਨੇ ਜਿਹੜੀ ਗੱਲ ਹੈ ਨਾ ਪੂਰੀ ਪੂਰੀ ਉਹੀ ਦੱਸੀ 5 ਮਹੀਨੇ ਉਮਰ ਇਹਦੀ 5 ਮਹੀਨੇ ਪੱਕੀ ਹੈ ਸਹੀ ਹੈ ਇਹ ਤਾਂ ਰੰਗ ਕਿਹੜਾ ਦੱਸ ਬਲੂ ਮੋਰ ਹੈ ਮੁਸ਼ਕਾ ਇੰਨਾ ਮੁਸ਼ਕਾ ਵੀ ਨਹੀਂ ਤੇਲੀਆ ਮੁਸ਼ਕਾ ਜਿਹਾ ਪੈਂਦਾ ਪਿਆ ਹੈ ਤੇਲੀਆ ਮੁਸ਼ਕਾ ਜਿਹਾ ਕਿੰਨੇ ਕੁ ਪੈਸੇ ਨੇ ਇਹਦੇ ਇਹਦੇ ਪੈਸੇ 4 ਲੱਖ ਜਾਇਜ਼ ਜਾਇਜ਼ ਪੈਸੇ ਮੰਗਣੇ ਨੇ ਜਿਹੜੇ ਮੰਗਣੇ ਨੇ ਮੇਰੇ ਸਾਹਮਣੇ ਜਾਇਜ਼ ਜਾਇਜ਼ ਕਰ ਲਈ ਸਾਂ ਅੱਛਾ ਕਰ ਲਓ ਜਾਇਜ਼ ਜਾਇਜ਼ ਕਰ ਲਈ ਸਾਂ ਹਾਂਜੀ ਜਨਾਬ ਇਹਦੇ ਅੱਛਾ ਜਾਇਜ਼ ਮੁਨਾਸਬ ਹੋ ਜਾਣਗੇ ਜਾਇਜ਼ ਮੁਨਾਸਬ ਹੋ ਜਾਣਗੇ ਠੀਕ ਹੋ ਗਿਆ ਜਨਾਬ ਅਗਲੇ ਜਾਨਵਰ ਤੇ ਉਹਨੂੰ ਬੰਨ ਦਿੱਤੇ ਕੀ ਨਾਂ ਤੇਰਾ ਬਈ ਸਲਮਾਨ ਸ਼ਾਹ ਸਲਮਾਨ ਸ਼ਾਹ ਕਿੱਥੋਂ ਆਏ ਹੋ ਜਾਣਗੇ ਇਹ ਤੁਹਾਡੇ ਨਾਲ ਦੇ ਹੀ ਨੇ ਵੀ ਜੀ ਇਹ ਬਛੇਰਾ ਬਛੇਰੀ ਹੈ ਬਛੇਰੀ ਹੈ ਜੋ ਇਹ ਬਛੇਰੀ ਹੈ ਲਖਾਨੇ ਜੀ ਕਿੰਨੀ ਕੁ ਉਮਰ ਹੈ ਦੀ ਤਕਰੀਬਨ 7 ਮਹੀਨੇ ਸੋ 7 ਮਹੀਨੇ ਕਦ ਕਿੰਨਾ ਕੁ ਹੋਣਾ ਕਦ ਤਕਰੀਬਨ 53 84 ਅੱਛਾ ਅੱਛਾ ਇਹਦੇ ਕਿੰਨੇ ਕੁ ਪੈਸੇ ਨੇ ਇਹਦੇ ਪਾਸੇ 3 ਲੱਖ ਹਨ ਜਨਾਬ ਇਹਦਾ 3 ਲੱਖ ਰੁਪਏ ਸੋਨਾ ਯਾਰ ਚੱਲ ਆਓ ਅਗਲੇ ਪਾਸੇ ਵੀ ਆਓ ਉਹ ਅਗਲੇ ਤੇ ਆਓ ਫਿਰ ਫੋਨ ਨੰਬਰ ਤੇਰਾ ਦੇਣਾ ਕਿ ਉਹਦਾ ਦੇਣਾ ਇਸ ਤੇ ਮੇਰਾ ਦੇ ਦੇ ਉਹਨਾਂ ਤੇ ਹੁੰਦਾ ਹਾਂ ਬੋਲ ਨੰਬਰ ਆਪਣਾ 42 ਹਾਂਜੀ 47 ਜੀ 83952 ਇਹ ਵਟਸਐਪ ਹੀ ਹੈ ਜੀ ਹੋਰ ਵੀ ਕਾਫੀ ਲੱਦੇ ਆਪਣੇ ਕੋਲ ਖਲੇ ਕੀ ਹਾਲ ਹੈ ਵੀ ਤੇਰਾ ਯਾਰ ਬਾਈ ਜਾਨ ਅਲਹਮਦੁਲਿਲਾ ਇਹ ਬਛੇਰੀ ਬਛੇਰਾ ਹੈ ਇਹ ਬਛੇਰਾ ਜਨਾਬ ਕਿੰਨੀ ਕੁ ਉਮਰ ਹੈ ਜੀ ਇਹਦੀ 13 ਮਹੀਨੇ 13 ਮਹੀਨੇ ਕਦ ਕਿੰਨਾ ਗਏ ਵੱਧ ਤਕਰੀਬਨ ਇਹਦਾ ਹੈ ਕੋਈ 56 ਇੰਚ 56 ਇੰਚ ਜੀ ਕਿੰਨੇ ਕੁ ਪੈਸੇ ਨੇ ਇਹਦੇ ਪੈਸੇ ਜਿਹੜੇ ਫਾਈਨਲ ਦੇ ਦੇਣਗੇ 3.5 ਲੱਖ ਰੁਪਏ 3.5 ਲੱਖ ਰੁਪਏ ਨੰਬਰ ਬੋਲੋ ਆਪਣਾ 0342 ਜੀ 691 ਜੀ 6003 ਯਾਨੀ ਠੀਕ ਹੋ ਗਿਆ 0342 691 6003 ਇਹ ਅਗਲਾ ਕੀ ਹੈ ਇਹ ਵੀ ਬਹਿਣਾ ਜੀ ਅੱਛਾ ਜੀ ਕਿੰਨੀ ਕੁ ਉਮਰ ਦਾ ਇਹਦੀ ਉਮਰ 1 ਸਾਲ ਹੈ 1 ਸਾਲ ਹੈ ਇਹਦੇ ਕਿੰਨੇ ਕੁ ਪੈਸੇ ਨੇ ਇਹਦੇ ਜੀ ਪੈਸੇ 1,60,000 ਰੁਪਇਆ 1,60,000 ਮੁਨਾਸਬ ਕੀਮਤ ਉਹ ਅਗਲੇ ਉਹਦੇ ਮੁੰਡੇ ਨੇ ਪੈਸੇ ਜ਼ਿਆਦਾ ਮੰਗੇ ਨੇ ਉਹਦੇ ਦੱਸ ਦੇ ਕਿੰਨੇ ਕਿਹੜੇ ਦੱਸੇ ਮੁੰਡੇ ਦੇ ਉਹਨੇ 4 ਲੱਖ ਰੁਪਇਆ ਆਖਿਆ ਜੀ ਫਾਈਨਲ ਜੀ ਵਸੇਰਾ 3 ਲੱਖ ਦਾ ਦੇ ਦਿਓ 3 ਲੱਖ ਦਾ ਫਾਈਨਲ ਦੇ ਦਿਓ ਜੀ 3 ਸੋਹਣੀਆਂ ਗੱਲਾਂ ਨੇ ਨੰਬਰ ਭਾਈ ਜੀ ਆ ਗਿਆ ਜੇ ਕਿ ਮਾਲਕਾਂ ਦਾ ਡਾਇਰੈਕਟ ਇਹ ਤੇਰੇ 4 ਜਨਾਬ ਮਾਲੀ ਤੇ ਕਰਦੇ ਮੁਸ਼ਕਿਲ ਹੈ ਪਰ ਮੈਂ ਵੇਖ ਬਖਾਤਾ ਆ ਗਿਆ ਹਾਂ ਸਾਈਡ ਤੇ ਕਰ ਥੋੜੀ ਜਿਹੀ ਯਾਰ ਇਹਨੇ ਹੋ ਗਿਆ ਹਾਂ ਜੀ ਵੇਖੋ ਜੀ ਇਹਦੀ ਜੋ ਭਰ ਸਿਰੇ ਨਾ 4 ਮਹੀਨੇ 4 ਮਹੀਨੇ ਜੀ ਬਾਈ ਸੋਣਾ ਸਹੀ ਹੋ ਗਿਆ ਤੇ ਫਾਈਨਲ 3 ਲੱਖ ਰੁਪਇਆ ਫਾਈਨਲ 3 ਲੱਖ ਆ ਜਨਾਬ ਵੇਖ ਲਓ ਤਸੱਲੀ ਕਰ ਲਓ ਭਾਈ ਉਹਨਾਂ ਨੇ ਪੈਸੇ ਪਾ ਦਿੱਤੇ ਨੇ ਘਰ ਦੋਥੇ ਹੋਏ ਮੱਥੇ ਦੇ ਵਿੱਚ ਕੋ ਠੀਕ ਹੈ ਠੀਕ ਹੋ ਗਿਆ ਸੋਹਣਾ ਲਓ ਜੀ ਇਹ ਵੇਖ ਸਕਦੇ ਹੋ ਪਿਛਲੀ ਸਾਈਡ ਤੇ ਵੀ ਹੱਥ ਪੈਰ ਦੇ ਸਾਫ ਨੇ ਤੇ 3 ਲੱਖ ਰੁਪਏ ਭਾਈ ਇਹ ਕਹਿੰਦੇ ਦੇ ਦੇਵਾਂਗੇ ਇਹ ਜਾਨਵਰ ਵੇਖ ਲਓ 1,60,000 ਇਹਦਾ 1,60,000 ਰੁਪਇਆ ਨੰਬਰ ਮਾਲਕਾਂ ਦਾ ਡਾਇਰੈਕਟ ਆ ਗਿਆ ਜੇ ਆਪਣੀ ਬਾਰਗੇਨਿੰਗ ਕਰਕੇ ਮਜ਼ੀਦ ਤੁਸੀਂ ਇਹਨਾਂ ਕੋਲੋਂ ਜਾਨਵਰ ਲੈ ਸਕਦੇ ਹੋ ਬਹਿਸ ਮਵਾਸਾ ਕਰਕੇ ਲੈ ਸਕਦੇ ਜੀ ਵੀਰ ਸਾਡਾ ਮੁਹੱਬਤ ਕਰਸੀ ਅਸੀਂ ਉਹਦਾ ਹੋਰ ਵੀ ਮੁਹੱਬਤ ਕਰਸਾਂ ਠੀਕ ਹੋ ਗਿਆ ਤੇਰੀ ਜੋ ਕਿ ਹੋ ਸਕਿਆ ਅਸੀਂ ਤਾਬੇਦਾਰ ਹਾਂ ਹਾਜ਼ਰ ਹਾਂ ਬਿਲਕੁਲ ਠੀਕ ਹੋ ਗਿਆ ਜਨਾਬ ਲਓ ਜੀ ਅਕਸਰ ਦੋਸਤ ਕਰਦੇ ਨੇ ਕਿ ਯਾਰ ਇੰਨੇ ਜ਼ਿਆਦਾ ਪੈਸੇ ਤੁਸੀਂ ਭਾਈ ਜਿਹੜੀ ਸਮਝ ਆਉਂਦੀ ਹੈ ਉਹਦੇ ਮੁਤਾਬਿਕ ਆਪਣਾ ਰੇਟ ਲਾਓ ਤੁਸੀਂ ਜਿਹੜੀ ਤੁਹਾਨੂੰ ਸਮਝ ਆਉਂਦੀ ਹੈ ਉਹਦੇ ਮੁਤਾਬਿਕ ਆਪਣਾ ਰੇਟ ਲਾ ਕੇ ਤੁਸੀਂ ਜਾਨਵਰ ਖਰੀਦ ਕਰੋ ਅਗਲੀ ਵੀਡੀਓ ਜਨਾਬ ਜੀ ਫਿਰ ਮੁਲਾਕਾਤਾਂ ਹੁੰਦੀਆਂ ਨੇ ਦੋਵਾਂ 'ਚ ਯਾਦ ਰੱਖਿਓ ਸਾਡੇ ਨਾਲ ਜੁੜੇ ਰਹੋ ਰੱਬ ਰਾਖਾ ਜੀ